ਇਹ ਮਾਮਲਾ ਸੀਗਾ ਜੀ 16/1/2018 ਨੂੰ ਇੱਕ ਮੁੰਡਾ ਪਿੰਡ ਜੈ ਸਿੰਘ ਵਾਲੇ ਦਾ ਜਿਹਦਾ ਨਾਂ ਸੀਗਾ ਹਰਵਿੰਦਰ ਸਿੰਘ ਉਹ ਮਿਸਪਲੇਸ ਹੋ ਗਿਆ ਸੀਗਾ ਉਹਦੇ ਫਿਰ ਬ੍ਰਦਰ ਦੇ ਬਿਆਨ 'ਤੇ ਅਸੀਂ ਉਹਦੀ ਗੁੰਮਸ਼ੁਦਗੀ ਲਿਖੀ ਸੀ 18 ਤਰੀਕ ਨੂੰ ਉਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ 18 ਤਰੀਕ ਨੂੰ ਅਸੀਂ ਉਹਦਾ ਇਸ਼ਤਿਹਾਰ ਸ਼ੋਰੋਗੋ ਜਾਰੀ ਕੀਤਾ ਅਤੇ ਉਹਦੀ ਅਸੀਂ ਗੁੰਮਸ਼ੁਦਗੀ ਦੀ ਰਿਪੋਰਟ ਲਿਖੀ ਸੀ ਉਹਨਾਂ ਨੂੰ ਕਿਸੇ 'ਤੇ ਸ਼ੱਕ ਨਹੀਂ ਸੀਗਾ ਅਤੇ ਫਿਰ ਅਸੀਂ ਉਹਦੀ ਅਗਾਂਹ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਕੋਈ ਇਤਲਾਹ ਮਿਲੀ ਵੀ ਇਸ ਬੰਦੇ ਦੀ ਜਦੋਂ ਅਸੀਂ ਅਗਾਂਹ ਇਨਵੈਸਟੀਗੇਸ਼ਨ ਕੀਤੀ ਕਾਲ ਡਿਟੇਲਾਂ ਕਢਵਾਈਆਂ ਫਿਰ ਸਾਨੂੰ ਪਤਾ ਲੱਗਿਆ ਵੀ ਇਹਦੇ ਇੱਕ ਨੰਬਰ 'ਤੇ ਨਾ ਬਹੁਤ ਕਾਫੀ ਗੱਲਾਂ ਹੁੰਦੀਆਂ ਸੀਗੀਆਂ ਫਿਰ ਅਸੀਂ ਉਸ ਨੰਬਰ ਤੋਂ ਅਗਾਂਹ ਜਦੋਂ ਫਰਦਰ ਇਨਵੈਸਟੀਗੇਸ਼ਨ 'ਚ ਲਿਆਂਦਾ ਫਿਰ ਉਹਦੇ ਤੋਂ ਸਾਨੂੰ ਇਹ ਮਿਲ ਪਤਾ ਲੱਗ ਗਿਆ ਵੀ ਇਹਨੂੰ ਕਿਸੇ ਬੰਦੇ ਨੇ ਪਿੰਡ ਦਾ ਹੀ ਬੰਦਾ ਹੈਗਾ ਉਹਦਾ ਨਾਂ ਹੈਗਾ ਸੁਰਿੰਦਰ ਪਰ ਉਹਨਾਂ ਨੇ ਉਹਨੇ ਮਾਰ ਕੇ ਇਹਨੂੰ ਖੂਹ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਹੀ ਉਹਦਾ ਖੂਹ ਸੀ ਪੁਰਾਣਾ ਉਹਦੇ 'ਚ ਸੁੱਟ ਕੇ ਉੱਤੋਂ ਮਿੱਟੀ ਸੁੱਟ ਕੇ ਇਹਨੂੰ ਬੰਦ ਕਰਤਾ ਸਰ ਜਿਹੜਾ ਇੱਕ ਨੰਬਰ ਤੁਸੀਂ ਡਿਟੇਲ 'ਚ ਕਢਵਾਇਆ ਜਿਹਨਾਂ ਨਾਲ ਜ਼ਿਆਦਾ ਗੱਲ ਹੋਈ ਸੀ ਉਹ ਨੰਬਰ ਕਿਹਦਾ ਸੀ ਜਾਂਦੇ ਉਹ ਨੰਬਰ ਜਿਹਨੇ ਮਾਰਿਆ ਜਿਹੜਾ ਜਿਹਨੇ ਇਹਨੂੰ ਮਾਰਿਆ ਮੁੰਡਾ ਸੁਰਿੰਦਰਪਾਲ ਉਹਦੀ ਵਾਈਫ ਦਾ ਸੀਗਾ ਕੀ ਰੰਗੇ ਸੀ ਇਹ ਮਾਰਨ ਦੀ ਉਹਨੂੰ ਸੀਗਾ ਵੀ ਇਹ ਮੇਰੀ ਵਾਈਫ ਦੇ ਨਾਲ ਇਹਦੇ ਗਲਤ ਰਿਲੇਸ਼ਨ ਸਰ ਇਹ ਕੀ ਕੰਮ ਕਰਦਾ ਸੀ ਲੜਕਾ ਕਿਹੜਾ ਜਿਹੜਾ ਮਰਿਆ ਜਿਹੜਾ ਮਰਿਆ ਉਹ ਕਟਿੰਗ ਦਾ ਕੰਮ ਕਰਦਾ ਸੀ ਵਾਹ ਹੇਅਰ ਕਟਿੰਗ ਫਿਰ ਪਤਾ ਚੱਲ ਪਾਇਆ ਕਿੰਨੇ ਚਿਰ ਤੋਂ ਸੰਬੰਧ ਸੀ ਉਸਦੀ ਵਾਈਫ ਨਾਲ ਇਹ ਜਿਹੜੀਆਂ ਸੀ ਨਾ ਕੋਲਾਂ ਕਢਾਈਆਂ ਸੀ 6 ਮਹੀਨੇ ਦੀਆਂ 6 ਮਹੀਨੇ ਤੋਂ ਸੀਗੇ ਅਸੀਂ ਫਰਦਰ ਹੁਣ ਇਹਦੀ ਡੈਡ ਬੋਡੀ ਕਢਵਾ ਲਈ ਹੈ ਪੋਸਟ ਮਾਨਯੋਗ ਤਹਿਸੀਲਦਾਰ ਸਾਹਿਬ ਦੀ ਨਿਗਰਾਨੀ ਹੇਠ ਅਸੀਂ ਉੱਥੋਂ ਡੈਡ ਬੋਡੀ ਕਢਾਈ ਹੈ ਖੂਹ 'ਚੋਂ ਅਤੇ ਹੁਣ ਅਸੀਂ ਉਹਦੀ ਪੋਸਟਮਾਰਟਮ ਵਾਸਤੇ ਉਹਨੂੰ ਸਿਵਲ ਹੋਸਪਿਟਲ ਮੋਗੇ ਭੇਜਦਾ ਅਤੇ ਬੰਦੇ ਦੀ ਅਸੀਂ ਅਰੈਸਟ ਬੰਦਾ ਕੱਲ੍ਹ ਹੀ ਅਰੈਸਟ ਕਰ ਲਿਆ ਸੀਗਾ ਮੋਟਰਸਾਈਕਲ ਵੀ ਬਰਾਮਦ ਹੋ ਗਿਆ ਡੈਡ ਬੋਡੀ ਵੀ ਬਰਾਮਦ ਹੋ ਗਈ ਹੁਣ ਅਸੀਂ ਉਹਨੂੰ ਕੋਰਟ 'ਚ ਪੇਸ਼ ਕਰਕੇ ਉਹਦਾ ਰਿਮਾਂਡ ਲੈ ਕੇ ਫਿਰ ਹੋਰ ਦੇਖਾਂਗੇ ਵੀ ਹੋਰ ਕਿਹੜਾ ਬੰਦਾ ਵਿੱਚ ਸੀ ਇਹਦੇ 'ਚ ਕੀ ਸੀ ਕਿੱਦਾਂ ਪੂਰੀ ਅੱਗੇ ਫਰਦਰ ਕੀ ਹੋਗਾ ਸਰ ਮੋਟਰਸਾਈਕਲ ਹਜੇ ਫਰਦਰ ਇਨਵੈਸਟੀਗੇਸ਼ਨ ਹਜੇ ਇੱਕ ਹੀ ਇਹੀ ਹੈ ਇਹਦਾ ਜਿਹੜਾ ਹੈਗਾ ਆਪਣਾ ਸੁਰਿੰਦਰਪਾਲ ਸਰ ਮੋਟਰਸਾਈਕਲ ਕਿੱਥੋਂ ਬਰਾਮਦ ਹੋਇਆ ਮੋਟਰਸਾਈਕਲ ਵੀ ਖੂਹ ਦੇ ਵਿੱਚੋਂ ਬਰਾਮਦ ਹੋਇਆ ਕਿਹੜੀਆਂ ਪਹਿਲਾਂ ਅਸੀਂ ਪਰਚਾ ਦਿੱਤਾ ਸੀਗਾ ਕਿਡਨੈਪਿੰਗ ਦਾ 364 ਵੀ ਇਹਨੂੰ ਮਾਰ ਦੇਣ ਦੀ ਨੀਅਤ ਨਾਲ ਕੋਈ ਕਿਡਨੈਪ ਪਹਿਲਾਂ ਪਤਾ ਨਹੀਂ ਸੀ ਨਾ ਵੀ ਜਿਹੜੇ ਮਾਰਦਾ ਸੀ ਉਹ ਪਹਿਲਾਂ ਕਿਡਨੈਪਿੰਗ ਦੇ ਧਾਰਾ ਦੇ ਤਹਿਤ ਪਰਚਾ ਦਿੱਤਾ ਸੀਗਾ ਹੁਣ ਫਿਰ ਜਦੋਂ ਸਾਨੂੰ ਡੈੱਡ ਬੋਡੀ ਅੱਜ ਰਿਕਵਰ ਹੋ ਗਈ ਆ ਉਹਦੀ ਅਸੀਂ ਉਹ ਜੁਰਮ 'ਚ ਵਾਧਾ ਕਰਕੇ 302 ਜੁਰਮ ਦਾ ਵਾਧਾ ਕਰਤਾ ਉਹਦੀ ਉਹ ਪਤਨੀ ਵੀ ਫੜੀ ਹੈ ਜੀ ਨਾਲ ਨਹੀਂ ਪਤਨੀ ਅਜੇ ਨਹੀਂ ਅਜੇ ਪੁੱਛਗਿੱਛ ਕਰ ਰਹੇ ਹਾਂ